ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਅਹਿਮ ਉਪਰਾਲੇ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਕੀਤੀਆਂ ਲਾਗੂ 1 ਜਨਵਰੀ 2016 ਮਗਰੋਂ ਭਰਤੀ ਹੋਏ ਕਰਮਚਾਰੀਆਂ ਦੀ ਤਨਖਾਹ ਵਿੱਚ ਘੱਟੋ-ਘੱਟ 15% ਦਾ ਵਾਧਾ 6ਵੇਂ ਤਨਖਾਹ ਕਮਿਸ਼ਨ ਦਾ 48 ਨੰਬਰ ਫੈਸਲਾ 1 ਜਨਵਰੀ 2016 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਤਨਖਾਹ ਵਿੱਚ ਘੱਟੋ-ਘੱਟ 15% ਵਾਧਾ ਕੀਤਾ ਇਹਦਾ ਵੀ 29 ਅਕਤੂਬਰ ਨੂੰ ਫੈਸਲਾ ਕੀਤਾ ਸੀ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਪੱਤੇ ਵਿੱਚ 11% ਦਾ ਵਾਧਾ 1 ਜਨਵਰੀ 2016 ਨੂੰ ਜਾਂ ਇਸ ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਲਈ 6ਵਾਂ ਤਨਖਾਹ ਕਮਿਸ਼ਨ ਕੀ ਤਾਲਾਗੂ ਐਨਪੀਐਸ ਅਧੀਨ ਆਉਂਦੇ ਕਰਮਚਾਰੀਆਂ ਦੀ ਮੌਤ ਹੋਣ ਤੇ ਪਰਿਵਾਰਿਕ ਪੈਨਸ਼ਨ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਐਨਪੀਐਸ ਦੇ ਅਧੀਨ ਆਉਂਦੇ ਕਰਮਚਾਰੇ ਦੀ ਮੌਤ ਹੋਣ ਤੇ ਫੈਮਿਲੀ ਪੈਨਸ਼ਨ ਪਹਿਲਾਂ ਜੇ ਬੰਦੇ ਦੀ ਮੌਤ ਹੋ ਜਾਂਦੀ ਉਹਦੀ ਘਰ ਵਾਲੀ ਨੂੰ ਮਿਲਦੀ ਸੀ ਹੁਣ ਜੇ ਘਰ ਵਾਲੇ ਦੀ ਵੀ ਮੌਤ ਹੋ ਜਾਂਦੀ ਤਾਂ ਬੰਦੇ ਨੂੰ ਮਿਲੇਗੀ ਜੇ ਘਰ ਵਾਲਾ ਉਹਦਾ ਘਰ ਵਾਲੀ ਨੌਕਰੀ ਕਰਦੀ ਸੀ ਤਾਂ ਬੰਦੇ ਨੂੰ ਵੀ ਮਿਲੇ ਕਰੇਗੀ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ